ਸਾਡੇ ਕੋਲੇ 40 ਸਾਲ ਪੁਰਾਣਾ ਰਵਾ ਜੀ ਇਹ। ਠੀਕ ਹੈ, 40 ਸਾਲ ਪੁਰਾਣਾ ਰਵਾ ਤੁਹਾਡੇ ਕੋਲੇ ਇਹ। ਸਾਰੇ ਜਿੰਨੇ ਵੀ ਪਸ਼ੂ ਖੜੇ ਆ ਹਾਂਜੀ, ਇਹ ਸਾਰੇ ਇਸੇ ਦੀ ਪਦਾਇਸ਼ ਹੈ ਜੀ। ਠੀਕ ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਜਟਾਣਾ ਫਾਰਮਰ ਚੈਨਲ ਤੇ। ਦੋਸਤੋ, ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਦੇਸੂ ਜੋਧਾ, ਜ਼ਿਲ੍ਹਾ ਇਹਨੂੰ ਸਰਸਾ ਪੈ ਜਾਂਦਾ ਤੇ ਤਹਿਸੀਲ ਜਿਹੜੀ ਰਹਿ ਜਾਂਦੀ ਹੈ ਡੱਬ ਵਾਲੀ। ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ, ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ, ਘਰ ਦੀ ਮੱਝ ਆਪਾਂ ਘਰੇਲੂ ਮੱਝ ਜਿਹੜੀ ਦਿਖਾਉਣੀ ਆ ਤੁਹਾਨੂੰ। ਮੱਝ ਜਿਹੜੀ ਹੈਗੀ ਹੈਗੀ ਚੰਗੇ ਸੀਮਨ ਦੀ ਮੱਝ ਆ ਇਹ, ਮੰਨ ਲਓ ਵੀ M29 ਦੀ ਕੱਟੀ ਹੈਗੀ। ਜਿਹੜਾ ਮੱਝ ਨੇ ਸੂਣਾ ਗਾ ਉਹ 22 ਦੇ ਦਸਮ ਮੁਤਾਬਕ ਚੌਥੇ ਸੂਏ ਜਿਹੜਾ ਮੱਝ ਨੇ ਹਜੇ ਸੂਣਾ ਗਾ। ਬਾਕੀ ਆਪਾਂ ਡਿਟੇਲ 22 ਤੋਂ ਸਾਰੀ ਗੱਲਬਾਤ ਕਰਾਂਗੇ, ਤੋਰ ਕੇ ਦਿਖਾਵਾਂ ਤੁਹਾਨੂੰ, ਰਿਕਾਰਡ ਵੀ ਪੁੱਛਾਂਗੇ ਅਤੇ ਚੰਗਾ ਟੀਕਾ ਭਰਾਇਆ ਹੋਇਆ ਇਹਦੇ ਉਹ ਵੀ ਪੁੱਛਾਂਗੇ ਬਾਈ ਨੂੰ ਆਪਾਂ ਵੀ ਟੀਕਾ ਜਿਹੜਾ ਮੱਝ ਦੇ ਭਰਾ ਉਹ ਕਿਹੜਾ ਟੀਕਾ ਭਰਾਇਆ ਹੋਇਆ ਹੈ ਨਾ। ਸਾਰੀ ਗੱਲਬਾਤ ਆਪਾਂ 22 ਨਾਲ ਕਰਾਂਗੇ, ਪਹਿਲਾਂ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਚੰਗੇ ਦੁੱਧ ਰਿਕਾਰਡ ਵਾਲੀ ਹੈਗੀ, ਪਹਿਲਾਂ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਅਤੇ 22 ਨਾਲ ਆਪਾਂ ਗੱਲਬਾਤ ਕਰ ਦਿਆਂਗੇ। ਜਿਹੜੇ ਲਾਗੇ ਦੇ ਪਿੰਡ ਹੈਗੇ ਆ, ਇੱਕ ਸਾਈਡ 'ਤੇ ਸੇਖਾ ਰਹਿ ਜਾਂਦਾ ਪੰਜਾਬ ਦਾ ਪਿੰਡ ਆ, ਅਤੇ ਇੱਕ ਪਾਸੇ ਜੋਗੇ ਵਾਲਾ ਪਿੰਡ ਰਹਿ ਜਾਂਦਾ ਗਾ। ਆ ਜਾਓ ਫਿਰ 22 ਨਾਲ ਆਪਾਂ ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ। ਆਪਣਾ ਨਾਮ ਪਾਲ ਸਿੰਘ ਜੀ। ਠੀਕ ਹੈ ਜੀ। ਪਿੰਡ? ਪਿੰਡ ਦੇਸੂ ਜੋਧਾ, ਜ਼ਿਲ੍ਹਾ ਸਰਸਾ। ਸਰਸਾ, ਤਹਿਸੀਲ ਮੰਡੀ ਡਾਬਾਲੀ। ਠੀਕ ਹੈ ਜੀ। ਬਾਈ ਜੀ, ਆਪਾਂ ਗੱਲ ਕਰੀਏ, ਜਿਹੜੀ ਆਪਾਂ ਆਹ ਮੱਝ ਸੂੜੀ ਦਿਖਾ ਰਹੇ ਹਾਂ, ਕਿਵੇਂ ਸੂਏ ਸੂਣਾ ਜੀ ਇਹਨੇ? ਇਹਨੇ ਚੌਥੇ ਸੂਏ ਸੂਣਾ ਜੀ। ਚੌਥੇ ਸੂਏ? ਹਾਂਜੀ। ਕਿੰਨੇ ਕੁ ਦਿਨ ਲੈ ਜੂ ਬਾਈ ਜੀ? ਇਹ 2-3 ਦਿਨ ਲਊਗੀ ਜੀ ਬਾਕੀ। ਅੱਛਾ, 2-3 ਦਿਨਾਂ ਦੀ ਕੱਚੀ ਆ ਹਜੇ। ਹਾਂਜੀ। ਅਤੇ ਇੱਕ ਬਾਈ ਆਪਾਂ ਟੀਕਾ ਦੱਸ ਦੇ, ਇਹਦੇ ਟੀਕਾ ਕਿਹੜਾ ਭਰਾਇਆ ਤੁਸੀਂ? ਇਹਦੇ ਸਰਕਾਰੀ ਸੀਮਨ ਲੱਗਿਆ ਜੀ, HLDB ਦਾ। ਠੀਕ ਆ ਜੀ, HLDB ਦਾ ਸਰਕਾਰੀ ਸੀਮਨ ਲੱਗਿਆ ਹੋਇਆ ਗਾ। ਆਪ ਇਹ M29 ਦੀ ਹੈ ਜੀ। ਆਪ ਇਹ M29 ਦੀ ਆ, ਆਪਣੀ ਘਰ ਦੀ ਝੋਟੀ ਆ ਜੀ। ਘਰ ਦੀ ਝੋਟੀ ਹੈ ਜੀ, ਚੌਥੇ ਸੂਏ ਘਰ ਬਣ ਸਾਡੇ ਕੋਲ ਸੂ ਰਹੀ। ਠੀਕ ਹੈ ਜੀ, ਚੌਥੇ ਸੂਏ ਵੀ ਤੁਹਾਡੇ ਆਪ ਦੇ ਕੋਲ ਘਰ ਹੀ ਸੂ ਰਹੀ ਆ। ਅਤੇ ਬਾਈ ਪਹਿਲਾਂ ਤੋਰ ਕੇ ਦਿਖਾ ਦਿਓ ਜੀ। ਪਹਿਲਾਂ ਤੁਹਾਨੂੰ ਦੋਸਤੋ ਆਪਾਂ ਤੋਰ ਕੇ ਦਿਖਾਉਂਦੇ, ਫਿਰ ਆਪਾਂ ਦੁੱਧ ਦਾ ਰਿਕਾਰਡ ਬਾਰੇ ਪੁੱਛਾਂਗੇ। ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਜਿਹੜਾ ਬਾਈ ਦਾ ਸਕਰੀਨ 'ਤੇ ਚੱਲੀ ਜਾਂਦਾ, ਇਹ ਨੰਬਰ 'ਤੇ ਤੁਸੀਂ ਜਿਹੜਾ ਬਾਈ ਨਾਲ ਸੰਪਰਕ ਕਰ ਸਕਦੇ ਹੋ। ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਕਰ ਲਿਓ, ਐਂ ਨਹੀਂ ਤੁਰਦੇ ਬਾਈ, ਕੋਈ ਗੱਲ ਨਹੀਂ, ਤੁਰਦੀ ਨੂੰ ਤੁਸੀਂ ਚੈੱਕ ਕਰ ਲਿਓ। ਬੋਡੀ ਬਣਤਰ ਦੀ ਬਹੁਤ ਸੋਹਣੀ ਹੈਗੀ, ਥਣ ਹਵਾਨਾ ਦੇ ਸਕਦੇ ਤੁਸੀਂ, ਆਰਡਰ ਕੁਆਲਿਟੀ ਬਹੁਤ ਸੋਹਣੀ ਬਣਾਈ ਹੋਈ ਹੈ ਇਹਨੇ ਕਰਮ ਵਾਲੀ ਨੇ, ਚੰਗੇ ਦੁੱਧ ਰਿਕਾਰਡ ਵਾਲੀ ਮੱਝ ਹੈਗੀ। ਥਣ ਹਵਾਨਾ ਤੁਸੀਂ ਦੇ ਸਕਦੇ ਹੋ, ਲੇਵਾ ਲੂਆ ਬਹੁਤ ਸੋਹਣਾ ਬਣਾਇਆ ਹੋਇਆ ਕਰਮ ਵਾਲੀ ਨੇ। ਬਸ ਤੁਸੀਂ ਮੱਝ ਚੌਥੇ ਸੂਏ ਚੰਗੀ ਪਲੀ ਆ, ਚੰਗੀ ਸਮੀ ਹੈਗੀ, ਚੰਗੇ ਘਰ ਦੀ ਮੱਝ ਹੈਗੀ। ਬਾਕੀ ਆਪਾਂ ਡਿਟੇਲ ਬਾਈ ਤੋਂ ਹੋਰ ਲਵਾਂਗੇ, ਆਪਾਂ ਪੁੱਛਾਂਗੇ। ਬਾਕੀ ਇਹਦੇ ਬਾਈ ਕੋਲੇ ਘਰ ਦੇ ਪਸ਼ੂ ਆ, ਜਿਵੇਂ ਤੁਸੀਂ ਇੱਧਰ ਖੜ੍ਹੇ ਦੇ ਸਕਦੇ ਹੋ ਨਾ, ਚੰਗੇ ਪਸ਼ੂ ਬਾਈ ਰੱਖਦਾ ਸੌਂਕ ਨਾਲ, ਘਰ ਦੇ ਪਸ਼ੂ ਜਿਹੜੇ ਬਾਈ ਨੇ ਸੌਂਕ ਨਾਲ ਰੱਖੇ ਹੋਏ ਹੈਗੇ। ਬਾਕੀ ਆਪਾਂ ਡਿਟੇਲ ਬਾਈ ਤੋਂ ਸਮਾਰ ਕੇ ਲੈ ਕੇ ਦਿੰਦੇ ਹਾਂ ਤੁਹਾਨੂੰ, ਅਤੇ ਨੰਬਰ ਬੋਲ ਕੇ ਵੀ ਦੱਸਾਂਗੇ, ਅਤੇ ਕਰਦੇ ਹਾਂ ਬਾਈ ਨਾਲ ਗੱਲਬਾਤ। ਦੁੱਧ ਦੀ ਗੱਲ ਕਰੀਏ, ਇਹਦੀ ਦੁੱਧ ਦੀ ਕੀ ਕੰਪੈਸਟੀ ਹੈਗੀ? ਦੁੱਧ ਜੀ ਨੋਰਮਲ ਖੁਰਾਕ 'ਤੇ 18 ਕਿਲੋ ਦੁੱਧ ਹੋਊਗੀ। ਹਾਂਜੀ। ਚੰਗੀ ਖੁਰਾਕ ਪਾ ਕੇ 20 ਕਿਲੋ ਧੁੱਤੇ ਦੁੱਧ। ਠੀਕ ਹੈ ਜੀ। ਮੰਨ ਲਓ ਤੀਜੇ ਸੂਏ ਤੁਹਾਡੇ ਕੋਲ ਦੁੱਧ ਇਹਨੇ ਕਿੰਨਾ ਦਿੱਤਾ ਗਾ? ਦੁੱਧ ਸਾਡੇ ਕੋਲ ਇਹਨੇ 18 ਕਿਲੋ ਦੁੱਧ ਦਿੱਤਾ ਹੈ। ਤੀਜੇ ਸੂਏ 18-19 ਕਿਲੋ? ਹਾਂ, ਨੋਰਮਲ ਖੁਰਾਕ ਪਾਉਂਦੇ ਰਹੇ ਅਸੀਂ, ਕੋਈ ਦਾ ਫੀਡ ਫੂਡ ਨਹੀਂ ਪਾਇਆ ਕਦੇ। ਠੀਕ ਹੈ, ਠੀਕ ਆ, ਵੀ ਨੋਰਮਲ ਖੁਰਾਕ 'ਤੇ 18-19 ਕਿਲੋ ਦੁੱਧ ਦੇਈ ਜਾਂਦੀ ਹੈਗੀ। ਠੀਕ ਆ, ਅਤੇ ਬੱਚੇ ਬਾਈ ਕੱਟੇ ਦਿੰਦੀਆਂ ਕਿ ਕੱਟੀਆਂ? ਇਹ ਹਰ ਸਾਲ ਸੁਣਦੀ ਹੈ ਜੀ ਮੱਝ। ਠੀਕ ਆ ਜੀ, ਵਧੀਆ ਨਸਲ ਦੇ ਕੱਟੇ ਕੱਟੀਆਂ ਦਿੰਦੀ ਹੈ। ਠੀਕ ਆ, ਠੀਕ ਆ, ਮਾਲ ਹਰ ਸਾਲ ਹੀ ਸੁਣਦੀ ਹੈਗੀ। ਠੀਕ ਆ ਜੀ, ਸਾਡੇ ਕੋਲ 40 ਸਾਲ ਪੁਰਾਣਾ ਰਵਾ ਜੀ ਇਹ। ਠੀਕ ਆ, 40 ਸਾਲ ਪੁਰਾਣਾ ਰਵਾ ਤੁਹਾਡੇ ਕੋਲ ਇਹ? ਸਾਰੇ ਜਿੰਨੇ ਵੀ ਪਸ਼ੂ ਖੜੇ ਆ। ਹਾਂਜੀ, ਇਹ ਸਾਰੇ ਇਸੇ ਦੀ ਪਦਾਇਸ਼ ਜੀ। ਠੀਕ ਆ, ਠੀਕ ਆ, ਇਸੇ ਦੇ ਬੱਚੇ ਆ ਸਾਰੇ, ਮੰਨ ਲਓ ਜਿਹੜੇ ਖੜੇ ਆ ਇੱਧਰ। ਠੀਕ ਆ ਜੀ, ਇੱਕ ਆਹ ਕੱਟੀ ਖੜੀ ਇੱਧਰ ਦੋਸਤੋ, ਤੁਸੀਂ ਦੇਖ ਸਕਦੇ ਹੋ ਨਾ, ਬਾਈ ਕਹਿੰਦਾ ਵੀ ਆਪਣੇ ਇਸੇ ਦੇ ਰਵਾ ਜਿਹੜਾ ਚੰਗਾ 40 ਸਾਲ ਪੁਰਾਣਾ ਰਵਾ ਬਾਈ ਕੋਲੇ।
ਤੇ ਬਾਈ ਦੁੱਧ ਜਿਹੜਾ ਮੰਨ ਲਓ ਵੀ 20 ਲੀਟਰ ਵੀ ਕਰ ਸਕਦੀ ਹੈ ਹਨਾ, ਜੇ ਚੰਗੀ ਖੁਰਾਕ ਪਾਊ ਕੋਈ, ਠੀਕ ਹੈ। ਮੰਨ ਲਓ 18-19 ਕਿਲੋ ਨੋਰਮਲੀ ਦੇ ਜਾਂਦੇ ਨੋਰਮਲ ਖੁਰਾਕ 'ਤੇ, ਠੀਕ ਹੈ ਠੀਕ ਆ। ਲੈ ਵੀ ਦੋਸਤੋ ਤੁਸੀਂ ਥਣ ਹਵਾਨਾ ਜਿਹੜਾ ਮੱਝ ਦਾ ਦੇ ਸਕਦੇ ਹੋ, ਜਿਹੜੇ 2-3 ਦਿਨਾਂ ਦੀ ਬਾਈ ਦੱਸਦਾ ਹਨਾ, ਕੱਚੀ ਹੈਗੀ। ਥਣਾਂ ਦਾ ਸਾਇਜ਼ ਸੂਜ ਬਹੁਤ ਸੋਹਣਾ ਗਾ, ਚਾਰੇ ਥਣ ਹੈ ਇੱਕੋ ਜਿਹੇ ਹੈਗੇ, ਅਤੇ ਆਰਡਰ ਉਡਰ ਵੀ ਬਹੁਤ ਸੋਹਣਾ ਗਾ, ਡਬਲ ਮੱਝ ਹੈਗੀ। ਬਾਕੀ ਬਾਈ ਆਪਾਂ ਇਹਦੀ ਗੱਲ ਕਰੀਏ, ਮੰਨ ਲਓ ਵੀ ਥਣਾ ਥੁਣਾ ਦੀ ਕਿਵੇਂ ਹੈਗੀ ਧਾਰ ਧੂਰ? ਵਧੀਆ, ਚਾਰੇ ਥਣਾ 'ਚ ਇੱਕੋ ਜਿਹਾ ਦੁੱਧ ਆਉਂਦਾ ਜੀ। ਠੀਕ ਹੈ ਜੀ, ਬਿਲਕੁਲ ਗਰੰਟੀ ਵਾਲੀ ਮੱਝ ਹੈ ਜੀ, ਜਮਾਂ ਗਰੰਟੀ ਵਾਲੀ, ਬਿਲਕੁਲ ਠੀਕ ਆ। ਲੈ ਵੀ ਦੋਸਤੋ ਪੂਰੀ ਗਰੰਟੀ ਵਾਲੀ ਮੱਝ ਆ ਬਾਈ ਕਹਿੰਦਾ। ਅਤੇ ਬਾਕੀ ਬਾਈ ਜੇ ਰੇਟ ਦੀ ਗੱਲ ਕਰੀਏ, ਰੇਟ ਮੇਰੇ ਦਾ 2.5 ਲੱਖ ਰੁਪਈਆ ਹੈਗਾ ਸਾਡਾ। ਠੀਕ ਹੈ ਜੀ, ਹਾਂ ਬਿਲਕੁਲ, ਕੋਈ ਵਪਾਰ ਦਾ ਕੰਮ ਨਹੀਂ, ਠੀਕ ਹੈ ਜੀ। ਅਸੀਂ ਪਸ਼ੂ ਦਿਖਾਉਣ ਵਾਸਤੇ, ਠੀਕ ਹੈ ਜੀ, ਜਾਂ ਲੋਕਾਂ ਨੂੰ ਦੱਸਣ ਵਾਸਤੇ ਵੀ ਪਸ਼ੂ ਇਸ ਤਰ੍ਹਾਂ ਦੇ ਵੀ ਬਣ ਜਾਂਦੇ ਆ ਹੌਲੀ ਹੌਲੀ ਪਿੰਡਾਂ 'ਚ। ਠੀਕ ਹੈ ਜੀ, ਠੀਕ ਆ, 2.5 ਲੱਖ ਮੁੱਲ ਕਰ ਦਿਓ। ਹਾਂਜੀ ਠੀਕ ਆ। ਅਤੇ ਲੈਣ ਦੇਣਾ ਬਾਈ? ਲੈਣ ਦੇਣ ਕੋਈ ਕਰ ਦਿਆਂਗੇ, ਜਿਵੇਂ ਵੀ ਥੋੜ੍ਹਾ ਬਹੁਤਾ ਸੂਟ ਹੋਊਗੀ। ਠੀਕ ਹੈ ਜੀ, ਠੀਕ ਹੈ, ਯੂਟਿਊਬ ਦੇਖ ਕੇ ਆਊਗਾ ਤੁਹਾਨੂੰ ਹੋਰ ਵੀ ਜ਼ਿਆਦਾ ਮਨ ਤਨ। ਠੀਕ ਹੈ ਠੀਕ ਆ, ਬਾਕੀ ਫੋਨ 'ਤੇ ਗੱਲਬਾਤ ਹੋ ਜੂ ਹੈ ਨਾ। ਹਾਂਜੀ ਹਾਂਜੀ ਠੀਕ ਆ। ਫੋਨ ਨੰਬਰ ਬੋਲ ਦਿਓ ਜੀ ਆਪਣਾ। 70-169 54-097 ਠੀਕ ਆ। ਅਤੇ ਲੈ ਵੀ ਦੋਸਤੋ ਇਹ ਬਾਈ ਦਾ ਨੰਬਰ ਹੈਗਾ। ਕਈ ਵਾਰੀ ਚੰਗੇ ਦੁੱਧ ਵਾਲੀ ਮੱਝ ਆ ਗਈ, ਘਰ ਦੀ ਪਲੀ ਪਲਾਈ ਆ, ਚੰਗੇ ਮਤਲਬ ਟੀਕੇ ਦੀ ਆ, ਮਨੱਤੀ ਦੀ ਬਾਈ ਦੇ ਦੱਸਣ ਮੁਤਾਬਕ ਹੈ ਨਾ। ਬਾਕੀ ਤੁਸੀਂ ਬਾਈ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ, ਜੇ ਕਿਸੇ ਭਰਾ ਨੇ ਲੈਣੀ ਆ, ਦੇਖ ਪਰਖ ਕੇ ਕੋਲ ਆ ਕੇ ਤਸੱਲੀ ਨਾਲ ਬਾਈ ਨਾਲ ਸਾਰੀ ਗੱਲਬਾਤ ਕਰਕੇ, ਤਾਂ ਤੁਸੀਂ ਬਾਈ ਦੇ ਪਿੰਡ ਆ ਕੇ ਦੇਸੂ ਜੋਧੇ ਹਰਿਆਣੇ ਦਾ ਪਿੰਡ ਆ ਇਹ, ਅਤੇ ਪੰਜਾਬ ਦੀ ਅਤੇ ਹਰਿਆਣੇ ਦੀ ਹੱਦ 'ਤੇ ਪਿੰਡ ਰਹਿ ਜਾਂਦਾ ਜਮਾਂ, ਰਾਮੇ ਤੋਂ ਡੱਬਾ ਵਾਲੀ ਰੋਡ 'ਤੇ, ਤਾਂ ਤੁਸੀਂ ਸੰਪਰਕ ਕਰਕੇ ਬਾਈ ਦੇ ਘਰੋਂ ਜਿਹੜੀ ਮੱਝ ਖਰੀਦ ਸਕਦੇ ਹੋ। ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।